ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ। ਅਤੇ ਦੋਸਤੋ, ਇਸ ਟਾਈਮ ਦੀ ਕਾਫੀ ਜ਼ਿਆਦਾ ਦੁੱਖਦਾਇਕ ਖਬਰ ਇਹ ਆ ਰਹੀ ਹੈ ਕਿ ਪੰਜਾਬੀ ਸਿੰਗਰ ਗੁਰਵਿੰਦਰ ਬਰਾੜ ਦੀ ਵਾਈਫ ਸੋਜਪ੍ਰੀਤ ਕੌਰ ਨੇ ਆਪਣੇ ਰਿਹਾਇਸ਼ ਬਠਿੰਡਾ ਵਿਖੇ ਮੰਗਲਵਾਰ ਨੂੰ ਆਤਮ ਹੱਤਿਆ ਕਰ ਲਈ ਹੈ। ਸੋ ਇਹ ਕਾਫੀ ਜ਼ਿਆਦਾ ਦੁੱਖਦਾਇਕ ਖਬਰ ਆ ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਸ ਟਾਈਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਗੁਰਵਿੰਦਰ ਬਰਾੜ ਅਤੇ ਉਹਨਾਂ ਦੀ ਪਤਨੀ ਕਾਫੀ ਜ਼ਿਆਦਾ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸੀ, ਪਰ ਪਤਾ ਨਹੀਂ ਕਿਸ ਕਾਰਨ ਕਰਕੇ ਮੰਗਲਵਾਰ ਨੂੰ ਸਹਿਜਪ੍ਰੀਤ ਨੇ ਅਚਾਨਕ ਹੀ ਆਤਮ ਹੱਤਿਆ ਕਰ ਲਈ। ਸੋ ਦੋਸਤੋ, ਦੱਸ ਦਈਏ ਕਿ ਸੋਜਪ੍ਰੀਤ ਕੌਰ ਪੰਜਾਬੀ ਦੇ ਨਾਮਵਰ ਲੇਖਕ ਅਜਮੇਰ ਸਿੰਘ ਔਲਖ ਦੀ ਬੇਟੀ ਆ। ਦੋਸਤੋ, ਦੱਸ ਦਈਏ ਕਿ ਅਜਮੇਰ ਸਿੰਘ ਔਲਖ 2017 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਸੋ ਇਸ ਟਾਈਮ ਜਿਹੜਾ ਗੁਰਵਿੰਦਰ ਬਰਾੜ ਅਤੇ ਉਹਨਾਂ ਦੀ ਫੈਮਿਲੀ ਦੇ ਲਈ ਕਾਫੀ ਮੁਸ਼ਕਲ ਦਾ ਟਾਈਮ ਆ। ਇਸ ਦਾ ਕੋਈ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਦੀ ਆਤਮ ਹੱਤਿਆ ਕਰਨ ਪਿੱਛੇ ਕੀ ਕਾਰਨ ਆ, ਕਿਉਂਕਿ ਕੋਈ ਵੀ ਇੱਦਾਂ ਦੀ ਗੱਲ ਨਹੀਂ ਸੀ ਜਿਸ ਕਾਰਨ ਉਹਨਾਂ ਨੇ ਐਡਾ ਵੱਡਾ ਕਦਮ ਉਠਾਇਆ। ਦੋਸਤੋ, ਦੱਸ ਦਈਏ ਕਿ ਆਪਣੇ ਪਿਤਾ ਵਾਂਗ ਸੋਜਪ੍ਰੀਤ ਵੀ ਕਾਫੀ ਜ਼ਿਆਦਾ ਪਲੇ ਲਿਖਦੀ ਸੀ ਅਤੇ ਉਹਨਾਂ ਦੇ ਕਾਫੀ ਜ਼ਿਆਦਾ ਪਲੇ ਮਸ਼ਹੂਰ ਵੀ ਨੇ। ਸੋ ਦੋਸਤੋ, ਇਹ ਗੱਲ ਦਾ ਤਾਂ ਪਤਾ ਹਜੇ ਲੱਗਣਾ ਬਾਕੀ ਆ ਕਿ ਪੂਰਾ ਕਾਰਨ ਕੀ ਰਿਹਾ ਕਿ ਸੋਜਪ੍ਰੀਤ ਨੇ ਐਡਾ ਵੱਡਾ ਕਦਮ ਉਠਾਇਆ। ਸੋ ਪੁਲਿਸ ਇਸ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਰਹੀ ਆ। ਆਪਾਂ ਜਲਦੀ ਹੀ ਤੁਹਾਡੇ ਨਾਲ ਇਹ ਸ਼ੇਅਰ ਕਰਾਂਗੇ ਕਿ ਉਹਨਾਂ ਦੀ ਜਿਹੜੇ ਆਤਮ ਹੱਤਿਆ ਕਰਨ ਦੇ ਪਿੱਛੇ ਕੀ ਕਾਰਨ ਰਿਹਾ। ਸੋ ਦੋਸਤੋ, ਤੁਸੀਂ ਸਾਡਾ ਚੈਨਲ ਦੇਖਦੇ ਰਹੋ ਅਤੇ ਹੋਰ ਵੀਡੀਓਜ਼ ਦੇ ਲਈ, ਆਉਣ ਵਾਲੀਆਂ ਵੀਡੀਓਜ਼ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸੋ ਦੋਸਤੋ, ਆਪਾਂ ਚਾਹਾਂਗੇ ਕਿ ਸੋਜਪ੍ਰੀਤ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਦੇਵੇ, ਇਸ ਤੋਂ ਇਲਾਵਾ ਗੁਰਵਿੰਦਰ ਬਰਾੜ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਥੈਂਕ ਯੂ ਸੋ ਮੱਚ।